ਫੈਡਰੇਸ਼ਨ ਦੀ ਮੀਟਿੰਗ ਸਰਦਾਰ ਸੁਰਜਣ ਸਿੰਘ ਚੱਠਾ ਸਾਡੇ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਹੋਈ, ਜਿਸ ਦੇ ਵਿੱਚ ਸਾਡੇ ਸਾਰੇ ਕੋਚ ਸਾਹਿਬਾਨ ਮੀਟਿੰਗ ਦੇ ਵਿੱਚ ਪਹੁੰਚੇ, ਟੀਮਾਂ ਦੇ ਜਿਹੜੇ ਵੀ ਔਰਗਨਾਈਜ਼ਰ ਨੇ ਪਹੁੰਚੇ। ਅਤੇ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਕਬੱਡੀ ਦੇ ਪ੍ਰਸਿੱਧ ਖਿਡਾਰੀ ਲੀਜੈਂਡ ਸ਼੍ਰੀ ਦੇਵੀ ਦਿਆਲ ਜੀ, ਜੋ ਪਿਛਲੇ ਦਿਨ ਇਸ ਜਹਾਨ ਤੋਂ ਚੱਲ ਗਏ ਨੇ, ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਫੈਡਰੇਸ਼ਨ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਉਸ ਤੋਂ ਬਾਅਦ ਸਾਡਾ ਜੋ ਇਹ ਸੀਜ਼ਨ ਕਬੱਡੀ ਦਾ ਸ਼ੁਰੂ ਹੋਣ ਜਾ ਰਿਹਾ, 2 ਤਰੀਕ ਨੂੰ ਸਾਡਾ ਪਹਿਲਾ ਮੈਚ ਹੈ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਭਲਾਣਾ ਪਿੰਡ ਦੇ ਵਿੱਚ। ਉਸ ਤੋਂ ਬਾਅਦ ਸਾਰਾ ਫਰਵਰੀ ਮਹੀਨਾ ਜਿਹੜਾ ਉਹ ਟੂਰਨਾਮੈਂਟਾਂ ਦੇ ਨਾਲ ਸਾਡੇ ਕੋਲ ਬੁੱਕ ਹੋ ਚੁੱਕਾ ਹੈ, ਅਤੇ ਅਸੀਂ ਹੋਰ ਵੀ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਾਂ ਕਿ ਕਬੱਡੀ ਨੂੰ ਦਰੁਸਤ ਕਰਨ ਦੇ ਲਈ, ਕਬੱਡੀ ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਫੈਡਰੇਸ਼ਨਾਂ ਦੇ ਹੀ ਮੈਚ ਜਿਹੜੇ ਕਰਵਾਏ ਜਾਣ। ਅਤੇ ਅੱਜ ਦੀ ਸਾਡੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਸਾਡੇ ਕੁਝ ਨਵੇਂ ਅਹੁਦੇਦਾਰ ਜਿਹੜੇ ਨਿਯੁਕਤ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਪ੍ਰਸਿੱਧ ਫਿਲਮ ਅਦਾਕਾਰ ਬੌਬੀ ਧਾਲੀਵਾਲ ਜੀ, ਜੋ ਬਹੁਤ ਦਿਲਚਸਪੀ ਰੱਖਦੇ ਨੇ ਕਬੱਡੀ ਦੇ ਨਾਲ ਅਤੇ ਅੰਕਲ ਚੱਠਾ ਦੇ ਨਾਲ ਜਿਨ੍ਹਾਂ ਦਾ ਬਹੁਤ ਪਿਆਰ ਹੈ, ਉਹਨਾਂ ਨੂੰ ਅਸੀਂ ਨੇ ਆਪਣੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਚੀਫ ਪੈਟਰਨ ਜਿਹੜਾ ਨਿਯੁਕਤ ਕੀਤਾ। ਇਸ ਦੇ ਨਾਲ ਹੋਰ ਬਹੁਤ ਸਾਰੀਆਂ ਨਿਯੁਕਤੀਆਂ ਜਿਹੜੇ ਸਾਡੇ ਫੈਡਰੇਸ਼ਨ ਦੇ ਨਾਲ ਪਿਛਲੇ ਕਈ ਦਹਾਕਿਆਂ ਤੋਂ ਵੀਰ ਕੰਮ ਕਰ ਰਹੇ ਨੇ, ਉਹਨਾਂ ਨੂੰ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਤਾਂ ਕਿ ਫੈਡਰੇਸ਼ਨ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਇਆ ਜਾ ਸਕੇ। ਅਤੇ ਮੈਂ ਅੰਕਲ ਚੱਠਾ ਵੱਲੋਂ ਸਾਰੇ ਕਬੱਡੀ ਜਗਤ ਨੂੰ ਇਹ ਬੇਨਤੀ ਕਰਦਾ ਕਿ ਉਹ ਫੈਡਰੇਸ਼ਨ ਦਾ ਵੱਧ ਵੱਧ ਸਾਥ ਦੇਣ, ਤਾਂ ਕਿ ਅਸੀਂ ਕਬੱਡੀ ਲਈ ਜਿੱਥੇ ਨੌਰਥ ਇੰਡੀਆ ਨੇ ਪਿਛਲੇ 25 ਸਾਲ ਦੇ ਵਿੱਚ ਬਹੁਤ ਸਾਰੇ ਸਟਾਰ ਪਲੇਅਰ ਦਿੱਤੇ ਨੇ, ਹੋਰ ਕੁਝ ਚੰਗਾ ਅਚੀਵ ਕਰੀਏ। ਤੁਸੀਂ ਸਾਰੇ ਇੱਥੇ ਆਏ, ਤੁਹਾਡਾ ਅਤੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।